ਗੁਲਾਮੀ ਵਾਲਾ ਕੋਟ ਸਿੰਘ ਜ਼ਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕੋਈ ਨਾ ਕੋਈ ਖਾਸ ਸ਼ਖਸੀਅਤ ਨਾਲ ਮਨਾਉਂਦੇ ਰਹਿੰਦੇ ਹਾਂ। ਅੱਜ ਬੈਠੇ ਹਾਂ ਧਰਮਕੋਟ ਦੇ ਵਿੱਚ ਤੇ ਧਰਮਕੋਟ ਦੇ ਵਿੱਚ ਬੜੀ ਗਾਇਕੀ ਹੈ ਤੇ ਕਾਕਾ ਨੂਰ ਜੀ ਦੇ ਘਰ ਬੈਠੇ ਹਾਂ, ਕਾਫੀ ਇਹਨਾਂ ਦਾ ਨਾਂ ਹੈ ਗਾਇਕੀ ਦੇ ਵਿੱਚ ਤੇ ਅੱਜ ਕਰਦੇ ਹਾਂ ਇਹਨਾਂ ਨਾਲ ਗੱਲਾਂ ਬਾਤਾਂ ਤੇ ਸੁਣਦੇ ਹਾਂ ਇਹਨਾਂ ਤੋਂ ਗੀਤ ਸੰਗੀਤ ਦੀ ਸਾਰੀ ਜਿਹੜੀ ਉਹ ਕਲਾ ਹੈ। ਤੇ ਨੂਰ ਜੀ ਸਤਿ ਸ੍ਰੀ ਅਕਾਲ ਜੀ। ਬੁੱਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣੇ ਸਾਡੇ ਗ੍ਰਹਿ ਵਿਖੇ ਆ ਕੇ ਸਾਨੂੰ ਦਰਸ਼ਨ ਦਿੱਤੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ। ਤੇ ਬਾਕੀ ਗੱਲਾਂ ਬਾਅਦ ਚ ਸ਼ੁਰੂ ਕਰਦੇ ਆ ਤੇ ਪਹਿਲਾਂ ਇੱਕ ਥੋੜਾ ਜਿਹਾ ਮਿਊਜ਼ਿਕ ਦੇ ਨਾਲ ਤੁਹਾਡਾ ਗੀਤ ਹੋ ਜੇ ਛੋਟਾ ਜਿਹਾ। ਅੱਛਾ, ਰੂਹ ਤੁਹਾਡੀ ਵੀ ਤਾਜ਼ਾ ਹੋ ਜਾਊਗੀ ਤੇ ਸਰੋਤਿਆਂ ਦੀ ਵੀ ਹੋ ਜਾਏਗੀ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਲਓ ਆਪਾਂ ਬਾਬਾ ਨਾਨਕ ਸਾਡੇ ਸਾਰੀ ਦੁਨੀਆ ਨੂੰ ਤਾਰਨ ਵਾਲੇ ਉਹਨਾਂ ਦੀ ਵਡਿਆਈ ਤੋਂ ਆਪਾਂ ਸ਼ੁਰੂ ਕਰਦੇ ਹਾਂ। ਬਿਲਕੁਲ ਲਓ ਸੁਣੋ। ਕਿੰਨੇ ਚਿਰ ਤੋਂ ਬਚਪਨ ਤੋਂ ਚੁਣ ਲਈ ਸੀ ਜਾਂ ਜਵਾਨੀ ਤੋਂ ਚੁਣੀ ਆ ਜਾਂ ਕਿਵੇਂ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਪੁੱਟਾ ਜੀ ਜਿਹੜੀ ਗਾਇਕੀ ਦੀ ਲਾਈਨ ਹੈ ਜੇ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਆਪਾਂ ਝਾਤ ਮਾਰੀਏ ਨਾ ਤਾਂ 35-40 ਸਾਲ ਦਾ ਜਿਹੜਾ ਸਮਾਂ ਹੁੰਦਾ ਸੀਗਾ। ਹਾਂਜੀ, ਕਿਉਂਕਿ ਉਦੋਂ ਮਨੋਰੰਜਨ ਦੇ ਸਾਧਨ ਬਹੁਤ ਘੱਟ ਹੁੰਦੇ ਸੀਗੇ। ਬਿਲਕੁਲ, ਤੇ ਮੇਨ ਲੋਕਾਂ ਦਾ ਜਿਹੜਾ ਖਿੱਚ ਦਾ ਕੇਂਦਰ ਹੁੰਦਾ ਸੀ ਉਹ ਸੰਗੀਤ ਹੁੰਦਾ ਸੀਗਾ। ਹਾਂਜੀ, ਤੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਮੰਗਣੇ ਹੋਣੇ ਤੇ ਕੰਨਾਂ ਦੇ ਵਿੱਚ ਗੀਤ ਸੰਗੀਤ ਪੈਣਾ, ਸਪੀਕਰਾਂ ਚ ਗੀਤ ਵੱਜਣੇ, ਤਾਂ ਉਹ ਕੰਨਾਂ ਦੇ ਵਿੱਚ ਮਿਠਾਸ ਘੋਲਣੀ ਉਹਨਾਂ ਨੇ ਤੇ ਹੌਲੀ ਹੌਲੀ ਚੇੜ ਕੇ ਸਾਨੂੰ ਘਰਾਂ ਦੇ ਵਿੱਚੋਂ ਖਿੱਚ ਕੇ ਉਹ ਜਿੱਥੇ ਸਪੀਕਰ ਚੱਲਦਾ ਹੁੰਦਾ ਸੀ ਅਸੀਂ ਉੱਥੇ ਜਾ ਕੇ ਬਹਿ ਜਾਣਾ ਤੇ ਬੈਠਿਆਂ ਨੇ ਗੀਤ ਸੁਣੀ ਜਾਣੇ। ਉਦੋਂ ਤੋਂ ਲੈ ਕੇ ਫਿਰ ਇਹ ਜਿਹੜੀ ਸੰਗੀਤ ਦੀ ਜਿਹੜੀ ਚੇਟਕ ਸਾਨੂੰ ਬਚਪਨ ਤੋਂ ਲੱਗੀ ਹੋਈ ਹੈ। ਵਾਹ ਜੀ ਵਾਹ। ਉਦੋਂ ਫਿਰ ਤੁਸੀਂ ਸਕੂਲਾਂ ਦੇ ਵਿੱਚ ਜਾਂ ਕਿਸੇ ਹੋਰ ਫੰਕਸ਼ਨਾਂ ਦੇ ਵਿੱਚ ਥੋੜਾ ਬਹੁਤਾ ਗਾਉਣ ਲੱਗ ਗਏ
ਤੇ ਫਿਰ ਉਸਤਾਦ ਤੁਸੀਂ ਧਾਰਿਆ ਸੁਰਿੰਦਰ ਸ਼ਿੰਦਾ ਜੀ ਨੂੰ, ਜਿਨ੍ਹਾਂ ਦੀ ਇੱਕ ਬੜੀ ਦੇਣ ਹੈ ਗਾਇਕੀ ਨੂੰ, ਬੜਾ ਵੱਡਾ ਨਾਂ ਉਹਨਾਂ ਦਾ, ਤੇ ਇਹ ਤੁਸੀਂ ਕਿਵੇਂ ਸੋਚਿਆ ਕਿ ਮੈਂ ਐਡੀ ਦੂਰ ਲੁਧਿਆਣਾ ਜਾ ਕੇ ਤੇ ਉਹਨਾਂ ਨੂੰ ਉਸਤਾਦ ਧਾਰਾਂ, ਉਹ ਸਬੱਬ ਕਿਵੇਂ ਬਣਿਆ? ਦੇਖੋ ਜੀ, ਜਿਹੜੀ ਤਾਂ ਗਾਉਣ ਦੀ ਗੱਲ ਸ਼ੁਰੂ ਹੋਈ ਹੈ, ਉਹ ਸਕੂਲ ਦੇ ਵਿੱਚ ਬਾਲ ਸਭਾਵਾਂ ਹੁੰਦੀਆਂ ਹੁੰਦੀਆਂ ਪਹਿਲੇ ਸਮੇਂ ਚ, ਅੱਜ ਕੱਲ ਤਾਂ ਵੈਸੇ ਉਹ ਨਹੀਂ ਹੁੰਦੀਆਂ ਗੀਆਂ, ਉਦੋਂ ਬਾਲ ਸਭਾਵਾਂ ਹੁੰਦੀਆਂ, ਉਹਨਾਂ ਚ ਗੀਤ ਗਾਉਣੇ, ਤੇ ਹੌਲੀ ਹੌਲੀ ਉਹ ਜਦੋਂ ਗੀਤ ਗਾਉਣੇ ਸਕੂਲ ਦੇ ਵਿੱਚ, ਸਾਰਿਆਂ ਨੇ ਕਹਿਣਾ ਵਾਹ ਵਾਹ ਦੇ ਗੀਤ ਬਹੁਤ ਵਧੀਆ, ਉਹ ਵਿਲੱਖਣ ਤੱਕ ਬਣ ਜਾਣੀ ਸਾਰੇ ਸਕੂਲ ਚ, ਤੇ ਟੀਚਰਾਂ ਨੇ ਵੀ ਬਹੁਤ ਪਿਆਰ ਕਰਨਾ। ਫਿਰ ਹੌਲੀ ਹੌਲੀ ਜਦੋਂ ਇਹ ਸੰਗੀਤ ਸੁਣਦੇ ਰਹੇ, ਤੇ ਉਹਨਾਂ ਦਿਨਾਂ ਦੇ ਵਿੱਚ ਸਮਿਆਂ ਦੇ ਵਿੱਚ ਜਿਹੜਾ ਉਸਤਾਦ ਧਾਰਨ ਦਾ ਮੌਕਾ ਮਿਲਿਆ, ਜੋ ਗਾਉਣ ਦੀ ਚੇਟਕ ਲੱਗੀ, ਸਾਰਿਆਂ ਨੇ ਕਹਿਣਾ ਬਹੁਤ ਵਧੀਆ ਯਾਰ ਗਾਉਣੇ, ਤੇ ਆਵਾਜ਼ ਬਹੁਤ ਵਧੀਆ ਤੁਹਾਡੀ, ਵੀ ਤੁਸੀਂ ਇਹਦੀ ਮਿਹਨਤ ਕਰਿਆ ਕਰੋ। ਹੁਣ ਮਿਹਨਤ ਅਸੀਂ ਕਰੀਏ ਕਿੱਥੇ? ਫਿਰ ਹੌਲੀ ਹੌਲੀ ਜਿਉਣਾ ਮੌੜ ਦੋ, ਉਸਤਾਦ ਜੀ ਦਾ ਗੀਤ ਵੱਜਦਾ ਹੁੰਦਾ ਜੀ, ਅਪੇਰਾ ਜਿਉਣਾ ਮੌੜ, ਤੇ ਉਹ ਹਰ ਗਲੀ ਹਰ ਮੋੜ ਤੇ ਹਰ ਪਿੰਡ ਸ਼ਹਿਰ ਦੇ ਵਿੱਚ ਵੱਜਦਾ ਹੁੰਦਾ ਸੀਗਾ, ਤੇ ਉੱਥੋਂ ਚੇਟਕ ਲੱਗੀ ਵੀ ਯਾਰ ਕਿਆ ਹੋਣਾ, ਵੀ ਇੱਕ ਸੁਲਝਦੀ ਹੋਈ ਗਾਇਕੀ ਆ, ਕੰਨਾਂ ਚ ਰਸ ਘੋਲਦੀ ਆ, ਇਹਨਾਂ ਦਾ ਨਾਮ ਬਹੁਤ, ਮਾਨਕ ਸਾਹਿਬ ਦਾ ਨਾਮ ਬਹੁਤ ਸੀ, ਤੇ ਉਸਤਾਦ ਸ਼ਿੰਦਾ ਜੀ ਦਾ ਬਹੁਤ ਨਾਮ ਸੀ, ਉਂਗਲਾਂ ਦੇ ਗਿਣਨ ਵਾਲੇ ਨਾਮ ਸੀ, ਅੱਜ ਕੱਲ ਗਾਇਕ ਇੱਟਾਂ ਦੇ ਉੱਤੇ ਹੀ ਬੈਠੇ ਨੇ, ਤਿਆਰ ਹੁੰਦੇ ਵੀ ਸੀ, ਕਿਆ ਬਾਜ ਇਹਨਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਹੁੰਦੀਆਂ, ਤੇ ਫਿਰ ਹੌਲੀ ਹੌਲੀ ਸਬੱਬ ਬਣਿਆ, ਇੱਕ ਪ੍ਰੋਗਰਾਮ ਤੇ ਗਾਉਂਦਿਆਂ ਗਾਉਂਦਿਆਂ ਕਿਸੇ ਪ੍ਰੋਗਰਾਮ ਤੇ ਗਏ, ਉੱਥੇ ਗਾਹ ਦੀ ਗਾਹ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ, ਤੇ ਉਹਨਾਂ ਦੇ ਵਿੱਚੋਂ ਗੱਲਬਾਤ ਚੱਲੀ ਵੀ ਕਾਕਾ ਤੁਸੀਂ ਗਾਉਣੇ ਬਹੁਤ ਵਧੀਆ, ਵੀ ਤੁਸੀਂ ਉਸਤਾਦ ਕਿਹਨੂੰ ਧਾਰਿਆ, ਤੁਹਾਡਾ ਉਸਤਾਦ ਕੌਣ? ਮੈਂ ਕਿਹਾ ਜੀ ਮੇਰਾ ਉਸਤਾਦ ਤਾਂ ਜੇ ਕੋਈ ਨਹੀਂ, ਸਿੱਖ ਹੀ ਰਹੇ, ਤੇ ਮੈਨੂੰ ਕਹਿੰਦਾ ਵੀ ਤੈਨੂੰ ਫਿਰ ਸ਼ਿੰਦੇ ਕੋਲੇ ਛੱਡੀਏ, ਮੈਂ ਕਿਹਾ ਜੀ ਫਿਰ ਤਾਂ ਕਿਆ ਹੀ ਬਾਤ ਆ ਜੀ, ਉਹਨਾਂ ਕੋਲੇ ਤੁਸੀਂ ਛੱਡ ਦਿਓ ਤਾਂ, ਮੈਂ ਕਿਹਾ ਫਿਰ ਤਾਂ ਸਾਡਾ ਮੈਂ ਜੀਵਨ ਹੀ ਸਫਲ ਹੋ ਜੇ, ਬਸ ਉਹ ਉੱਧਰ ਜਾਵੇ, ਉਦੋਂ ਤੋਂ ਲੈ ਕੇ ਉਹ ਮੈਨੂੰ ਕਹਿ ਗਏ, ਮੁੜ ਕੇ ਤਾਂ ਮੈਨੂੰ ਮਿਲੇ ਨੀ ਉਹ, ਕਿਉਂਕਿ ਉਦੋਂ ਕਿਹੜਾ ਕੋਈ ਫੋਨਾਂ ਦਾ ਕੋਈ ਦੌਰ ਹੁੰਦਾ ਸੀਗਾ, ਤੇ ਜਾਨੀ ਚੇਟਕ ਲੱਗ ਗਈ ਮਨ ਦੇ ਵਿੱਚ, ਜੇ ਉਸਤਾਦ ਧਾਰਨਾ ਤਾਂ ਸ਼ਿੰਦਾ ਜੀ ਨੂੰ ਧਾਰਨਾ, ਤੇ ਪਰ ਉਹ ਦਿਨ ਤੋਂ ਲੱਗ ਕੇ ਹੌਲੀ ਹੌਲੀ ਉਹ ਪਰ ਸਬੱਬ ਬਣਿਆ, ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਦੇ ਨਾਲ ਮੇਲ ਹੋਇਆ, ਤੇ ਉਹਨਾਂ ਦੇ ਨਾਲ ਰਸਮ ਕੀਤੀ ਜੀ। ਫਿਰ ਤੁਸੀਂ ਉਹਨਾਂ ਨੂੰ ਪੱਕੇ ਤੌਰ ਤੇ ਉਸਤਾਦ ਰਸਮ ਕਰਕੇ ਮੰਨਿਆ? ਹਾਂਜੀ ਹਾਂਜੀ, ਫਿਰ ਉਹਨਾਂ ਨੂੰ। ਇੱਥੇ ਇੱਕ ਗੱਲ ਇਹ ਵੀ ਬੜੀ ਜੋੜ ਨਹੀਂ ਬਣਦੀ ਹੈ ਕਿ ਇੱਕ ਸ਼ਿੰਦਾ ਜੀ ਦਾ ਸ਼ਿਗਿਰਦ ਜਿਹੜਾ ਉਹ ਜਿਹੜਾ ਹੁਣ ਅਮਰ ਹੀ ਹੋਇਆ ਫਿਰਦਾ, ਭਾਵੇਂ ਕਿਵੇਂ ਵੀ ਆ, ਅਮਰ ਆ ਉਹ, ਅਮਰ ਸਿੰਘ ਚਮਕੀਲਾ, ਉਹ ਵੀ ਉਹਦਾ ਸ਼ਿਗਿਰਦ ਸੀ, ਤੇ ਤੁਸੀਂ ਕਿਤੇ ਸਬੱਬ ਬਣਿਆ ਤੁਹਾਡਾ ਚਮਕੀਲੇ ਨੂੰ ਵੀ ਮਿਲਦਾ ਉੱਥੇ, ਜਦੋਂ ਤੁਸੀਂ ਦੋਵੇਂ ਸ਼ਿਗਿਰਦ ਇਕੱਠੇ ਹੋ ਗਏ ਹੋ ਘਰੇ ਉਹਨਾਂ ਦੇ? ਅਸੀਂ ਉਦੋਂ ਸਮਿਆਂ ਦੇ ਵਿੱਚ ਉਦੋਂ ਪ੍ਰੋਗਰਾਮ ਬਣੇ ਹੁੰਦੇ ਸੀਗੇ, ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਬੜੇ ਹੁੰਦੇ ਸੀ, ਮੈਂ ਜਦੋਂ ਉਸਤਾਦ ਜੀ ਕੋਲੇ ਗਿਆ, ਉਸਤਾਦ ਜੀ ਦਾ ਹੁੰਦਾ ਸੀ ਕਲਰਕ ਸੇਵਾ ਸਿੰਘ ਨੌਰਥ ਲਲਤੋ ਵਾਲਾ, ਉਹ ਬੁਕਿੰਗ ਕਲਰਕ ਹੁੰਦਾ ਸੀ ਗੁਰਦੇਵ ਦਲਗੀਰ ਸਾਹਿਬ ਤੇ ਸੇਵਾ ਸਿੰਘ ਨੌਰਥ ਲਲਤੋ ਵਾਲਾ ਟਣਕੂ ਜੀ, ਇਹ ਉਦੋਂ ਦਫ਼ਤਰ ਦੇ ਵਿੱਚ ਸੀਗੇ, ਉੱਥੇ ਮੈਨੂੰ ਕੁਦਰਤੀ ਮਿਲੇ ਜਦੋਂ ਮੈਂ ਪਹਿਲੇ ਦਿਨ ਗਿਆ, ਤੇ ਲੈ ਕੇ ਮੈਨੂੰ ਨਾਲ ਗਿਆ ਪਾਰਲਰ ਸੀਲਾ ਫਰੀਦਕੋਟ ਤੋਂ ਮੁੰਡਾ ਕਲਾਕਾਰ ਖੋਸਿਆਂ ਤੋਂ ਹੈ, ਉਹਦੇ ਨਾਲ ਸਬੱਬ ਬਣਿਆ ਤਾਂ ਮੇਲ ਜੋਲ ਸਾਡਾ ਹੋਇਆ, ਤੇ ਜਦੋਂ ਉਦੋਂ ਕਲਾਕਾਰ ਪ੍ਰੋਗਰਾਮਾਂ ਤੇ ਜਾਂਦੇ ਹੁੰਦੇ ਨਾ, ਤੇ ਦਫ਼ਤਰਾਂ ਦੇ ਵਿੱਚੋਂ ਤੜਕੇ ਹੋ ਕੇ ਜਾਂਦੇ ਹੁੰਦੇ ਸੀ, ਮੱਥਾ ਟੇਕ ਕੇ ਕੁਲਦੀਪ ਪਾਰਸ ਤੇ ਚਮਕੀਲਾ ਜੀ, ਉੱਥੇ ਆਮ ਦਫ਼ਤਰਾਂ ਦੇ ਵਿੱਚੋਂ ਉੱਥੇ ਮਿਲ ਕੇ ਜਾਣਾ, ਤੇ ਉੱਥੋਂ ਮੈਂ ਉਹਨਾਂ ਦਾ ਬਹੁਤ ਪਿਆਰ ਸੀਗਾ, ਉਦੋਂ ਉਹਨਾਂ ਦੇ ਨਾਲ ਮਿਲਾਪ ਹੋਇਆ, ਬਹੁਤ ਵਧੀਆ ਇਨਸਾਨ ਸੀਗੇ, ਜਦੋਂ ਮਿਲਣਾ ਪਿਆਰ ਦੇ ਨਾਲ ਮਿਲਣਾ, ਉੱਡ ਕੇ ਮਿਲਣਾ, ਤੇ ਉਸਤਾਦ ਜੀ ਦਾ ਪਹਿਲਾ ਸ਼ਿਗਿਰਦ ਸੀਗਾ ਚਮਕੀਲਾ ਜੀ, ਉਹਦੇ ਬਾਅਦ ਤਿੰਨ ਚਾਰ ਸ਼ਿਗਿਰਦ ਹੋਰ ਸੀਗੇ, ਉਹ ਪੰਜਵਾਂ ਸ਼ਿਗਿਰਦ ਉਸਤਾਦ ਜੀ ਦਾ ਮੈਂ ਪਿਆ ਸੀਗਾ ਚਮਕੀਲਾ ਜੀ ਦਾ, ਉਦੋਂ ਉਸਤਾਦ ਜੀ ਦਾ ਗੀਤ ਚੱਲਦਾ ਤੇ ਜਨ ਚੜੀ ਅਮਲੀ ਦੀ, ਇਹਨਾਂ ਦੇ ਗੀਤ ਤੇਰਾ ਸੀ ਮੇਰੇ ਲਾਊਡ ਸਪੀਕਰਾਂ ਦੇ ਵਿੱਚ, ਵਿਆਹਾਂ ਸ਼ਾਦੀਆਂ ਤੇ ਜਾਉਣਾ ਮੌੜ, ਜਨ ਚੜੀ ਅਮਲੀ ਦੀ, ਬੜੇ ਗੀਤ ਇਹਨਾਂ ਦੇ ਮਸ਼ਹੂਰ,
ਬੜਾ ਨਾਮ ਨਾਲ ਖੱਟਿਆ ਤੇ ਮੈਂ ਅਗਲੀ ਗੱਲ ਵੱਲ ਆਵਾਂ, ਤੁਸੀਂ ਗਾਇਕੀ ਦੇ ਨਾਲ ਨਾਲ ਥੋੜਾ ਬਹੁਤਾ ਲਿਖ ਵੀ ਲੈਂਦੇ ਤੁਸੀਂ, ਉਹਦੇ ਬਾਰੇ ਦੱਸੋ ਵੀ ਤੁਸੀਂ ਗੀਤ ਲਿਖਦੇ ਜੇ, ਕਵਿਤਾ ਲਿਖਦੇ ਜੇ, ਕੀ ਲਿਖਦੇ ਜੇ? ਦੇਖੋ ਜੀ, ਜੇ ਸ਼ਾਇਰੀ ਤੌਰ ਤੇ ਤਾਂ ਲੇਖਣੀ ਤਾਂ ਇੱਕ ਲੇਖਣੀ ਹੁੰਦੀ ਆ, ਉਹਨੂੰ ਆਪਾਂ ਰੂਪ ਕੋਈ ਵੀ ਦੇ ਦਈਏ, ਸ਼ਬਦਾਂ ਦਾ ਦੇ ਦਈਏ, ਮਤਲਬ ਗੀਤ ਦਾ ਦੇ ਦਈਏ, ਗਜ਼ਲ ਦਾ ਦੇ ਦਈਏ, ਜਾਂ ਕੋਈ ਇਸ ਤਰ੍ਹਾਂ ਹੁੰਦਾ ਜਿਹੜੇ ਗੀਤ ਸੁਣ ਸੁਣ ਕੇ ਫਿਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਅੱਜ ਕੱਲ੍ਹ ਤਾਂ ਵੈਸੇ ਜਿਹੜਾ ਗਾਇਕੀ ਦਾ ਲੇਖਣੀ ਦਾ ਮਾਹੌਲ ਵੀ ਬਦਲ ਗਿਆ, ਉਦੋਂ ਹੁੰਦੀ ਸੀ ਜਿਹੜੀ ਲੇਖਣੀ ਹੁੰਦੀ ਸੀਗੀ ਛੰਦਾਬੰਦੀ ਚ ਹੁੰਦੀ ਸੀ, ਆਪਾਂ ਸੁਣਦੇ ਦੇ ਕਲੀਆਂ ਦੁਤਾਰੇ ਝੋਕ ਦੁਗਾਣਾ ਹੋ ਗਿਆ, ਕਬੈਤ ਹੋ ਗਿਆ, ਕੋਰੜਾ ਹੋ ਗਿਆ, ਇਹ ਚੀਜ਼ਾਂ ਤੇ ਅੱਜ ਕੱਲ੍ਹ ਦੇ ਜਿਹੜੇ ਸ਼ਾਇਰ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਨੀਗਾ, ਤੇ ਉਹਨਾਂ ਸਮਿਆਂ ਦੇ ਵਿੱਚ ਫਿਰ ਇਹ ਜਦੋਂ ਚੀਜ਼ਾਂ ਹੀ ਸੁਣਦੇ ਸੀ ਉਹਨਾਂ ਦੀ ਗਿਣਤੀ ਕਰਦੇ ਸੀ ਵੀ ਇਹਦੀ ਤਰਜ ਕਿਵੇਂ ਬਣੂਗੀ, ਇਹਦੀ ਲਿਖਣੀ ਇਹਦੇ ਸ਼ਬਦ ਕਿੰਨੇ ਆ, ਉਹਨਾਂ ਚੋਂ ਫਿਰ ਹੌਲੀ ਹੌਲੀ ਫਿਰ ਜਿਹੜੇ ਗੀਤ ਸੀਗੇ ਉਹ ਉੱਭਰਦੇ ਸ਼ਬਦਾਂ ਦੇ ਵਿੱਚੋਂ, ਉਹਦੇ ਵਿੱਚੋਂ ਫਿਰ ਜਿਵੇਂ ਦੇਵ ਤਰੀਕੇ ਵਾਲਾ ਸਾਹਿਬ, ਬਾਬੂ ਸਿੰਘ ਮਾਨ ਮਰਾੜਾ ਵਾਲੇ, ਇਹਦਾ ਜਾਂ ਹੋਰ ਪਿਛੋਕੜ ਸੀਗੇ ਲਿਖਣ ਵਾਲੇ ਬਹੁਤ ਵਧੀਆ, ਚਰਨ ਸਿੰਘ ਸੰਧਰੀ ਸਾਹਿਬ, ਮਿਰਜ਼ਾ ਸੰਗੋਵਾਲੀਆ, ਮਿਰਜ਼ਾ ਸੰਗੋਵਾਲੀਆ ਸਾਹਿਬ, ਉਹਨਾਂ ਦੀ ਲੇਖਣੀ ਇੱਕ ਸ਼ਬਦਾਵਲੀ ਚੁਣੇ ਪਏ ਹੁੰਦੇ ਸੀ ਮੁਰਤੀਆਂ ਨੂੰ, ਉਹਨਾਂ ਤੋਂ ਫਿਰ ਵੇਖ ਕੇ ਹੌਲੀ ਹੌਲੀ ਅੱਖਰਾਂ ਦੀ ਗਿਣਤੀ ਤੋਂ ਫਿਰ ਗੀਤ ਲਿਖਣ ਦਾ ਜਿਹੜਾ ਸਬੱਬ ਬਣਿਆ, ਬਹੁਤ ਸਾਰੇ ਗੀਤ ਲਿਖੇ। ਤੇ ਮੈਂ ਕਹਾਂਗਾ ਦੋ ਕੁ ਮਿੰਟ ਦੀ ਹਾਜ਼ਰੀ ਆਪਾਂ ਫਿਰ ਇਹਨਾਂ ਨੂੰ ਵਜਾ ਕੇ ਸਾਜਾਂ ਨੂੰ ਤੇ ਸਾਡੇ ਸਰੋਤਿਆਂ ਦੇ ਨਾਲ ਥੋੜੀ ਜੀ ਸਾਂਝ ਤੂੰ ਵੀ ਚੱਕੋ ਤੇ ਜਿਹੜਾ ਤੁਹਾਡਾ ਜੀ ਕਰਦਾ, ਜਿਹੜਾ ਤੁਹਾਡੇ ਰੂਹ ਨੂੰ ਚੰਗਾ ਲੱਗਦਾ ਉਹ ਆਪਣੇ ਸਰੋਤਿਆਂ ਨੂੰ। ਜਦੋਂ ਮੈਂ ਉਸਤਾਦ ਜੀ ਕੋਲੇ ਗਿਆ ਪਹਿਲੀ ਵਾਰ, ਉਹਨਾਂ ਨੇ ਜਦੋਂ ਮੇਰੇ ਤੋਂ ਸੁਣਿਆ ਤੇ ਉਹ ਮੈਂ ਤੁਹਾਨੂੰ ਗੀਤ ਸੁਣਾਉਣ ਲੱਗਾ ਉਸਤਾਦ ਜੀ ਦਾ ਛਿੰਦਾ ਜੀ ਦਾ। ਵੈਸੇ ਪਹਿਲਾਂ ਮੈਂ ਮਾਣਕ ਸਾਹਿਬ ਦਾ ਗੀਤ ਉਸਤਾਦ ਜੀ ਨੂੰ ਸੁਣਾਤਾ ਤੇ ਉਸਤਾਦ ਜੀ ਮੈਨੂੰ ਕਹਿੰਦੇ ਉਹ ਗੱਲ ਸੁਣ, ਉਹ ਛੋਟਿਆ ਤੂੰ ਗੀਤ ਮੈਨੂੰ ਮਾਣਕ ਦਾ ਸੁਣਾਉਣਾ ਕਿ ਸ਼ਗਿਰਦ ਤੂੰ ਮੇਰਾ ਪਹਿਲਾ। ਮੈਂ ਕਿਹਾ ਜੀ ਮੈਂ ਮਾਣਕ ਸਾਹਿਬ ਦੀ ਬਹੁਤ ਗਾਇਆ, ਮੈਨੂੰ ਤਾਂ ਕੋਈ ਮੇਰਾ ਗੀਤ ਯਾਦ ਆ। ਫਿਰ ਮੈਂ ਉਸਤਾਦ ਜੀ ਦਾ ਗੀਤ ਸੁਣਾਇਆ, ਬਦਲਾ ਲੈ ਵੀ ਜਾਉਣਿਆ ਜੇ ਮਾਂ ਦਾ ਜਾਇਆ, ਇਹ ਸੁਣਾਇਆ ਸੀਗਾ। ਪਰ ਗੀਤ ਮੈਂ ਤੁਹਾਨੂੰ ਉਸਤਾਦ ਜੀ ਦਾ ਪਹਿਲਾ ਰਿਕਾਰਡ ਗੀਤ ਆ, ਦੋ ਊਠਾਂ ਵਾਲੇ ਦੀ ਸਾਈ ਸਾਈ ਅੰਦਰ। ਹਾਂਜੀ
ਗਾਇਕੀ ਸੀ ਨਾ ਇਹ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਸੀ, ਇਹ ਜਿਹੜੀਆਂ ਚੀਜ਼ਾਂ ਸੀ ਕਿਆ ਬਾਤ ਸੀ ਹਨਾ। ਤੇ ਅੱਜ ਅੱਜ ਉਹ ਰਸ ਨਹੀਂ ਰਹਿ ਗਿਆ ਗਾਇਕੀ ਦੇ ਵਿੱਚ। ਦੇਖੋ ਜੀ ਬੂਟਾ ਜੀ ਇਹ ਆਪਣੇ ਕੋਲ ਸਾਜ਼ ਹੈ, ਇਹ ਬਾਪੂ ਯਮਲਾ ਜੀ ਬਾਬਾ ਬੋੜ ਉਹਨਾਂ ਨੇ ਦੇਣ, ਇਹ ਆਮ ਕਿਸਾਨਾਂ ਦੇ ਘਰਾਂ ਚ ਪੈਦਾ ਹੋਇਆ ਤੇ ਇਹ ਜਦੋਂ ਵੱਜਦਾ ਨਾ ਤੇ ਸੌ ਸੌ ਸਾਜ ਤੇ ਭਾਲੂ ਹੋ ਜਾਂਦਾ। ਇਹਦੇ ਨਾਲ ਜਿਹੜੀ ਮਿਠਾਸ ਇੱਕ ਭਰਦੀ ਹੈ ਨਾ, ਇੱਕ ਵੱਖਰਾ ਹੀ ਰਸ ਹੈ। ਵੇਖੋ ਇੱਕ ਤਾਰ ਦੇ ਵਿੱਚੋਂ ਕਿੰਨੀਆਂ ਸੁਰਾਂ ਤੇ ਕਿੰਨੇ ਗੀਤ ਨਿਕਲ ਜਾਣੇ। ਹਾਂਜੀ ਹਾਂਜੀ, ਇਸ ਕਰਕੇ ਜਿਹੜਾ ਸੁਰੀਲਾ ਸੰਗੀਤ ਪਹਿਲਾਂ ਗਾਇਕੀ ਵੀ ਸੀ ਤੇ ਜਿਹੜਾ ਮਿਊਜ਼ਿਕ ਵੀ ਜਿਹੜਾ ਸੀਗਾ ਸੰਗੀਤ ਸੀਗਾ ਉਹ ਕੰਨਾਂ ਦੇ ਵਿੱਚ ਰਸ ਘੋਲਦਾ ਸੀਗਾ। ਮਿਊਜ਼ਿਕ ਮਿਊਜ਼ਿਕ ਸੀ ਸਿਰ ਜਿੰਨੀਆਂ ਵੀ ਚੀਜ਼ਾਂ ਆਪਾਂ ਰੱਖੀ ਬੈਠੇ ਹਾਂ। ਹਾਂਜੀ ਹਾਂਜੀ ਹਨਾ, ਹਾਰਮੋਨੀਅਮ ਢੋਲਕ ਤੂੰਬੀ ਦੇ ਇੱਕ ਵੱਧ ਤੋਂ ਵੱਧ ਹੋਣਾ ਤੇ ਘੜਾ। ਹਾਂਜੀ ਮੇਨ ਜਿਹੜੇ ਪਹਿਲਾਂ ਇੰਸਟਰੂਮੈਂਟ ਹੁੰਦੇ ਹੀ ਇਹ ਸੀ, ਅੱਜ ਕੱਲ ਤਾਂ ਚਾਰ ਚਾਰ ਕੀਬੋਰਡ ਲੱਗੇ ਹੁੰਦੇ ਆ, ਪੈੜਾਂ ਲੱਗੀਆਂ ਹੁੰਦੀਆਂ ਢੋਲਾਂ ਵਾਲੇ। ਉਹ ਉਹ ਗਾਇਕੀ ਸਹੀ ਸੀ ਕਿ ਅੱਜ ਦੀ ਗਾਇਕੀ ਕਿਵੇਂ ਕੀ ਗਾਓਗੇ, ਇਹਨੂੰ ਕਿਵੇਂ ਸੈੱਟ ਕਰੋਗੇ। ਦੇਖੋ ਜੀ ਜਿਹੜੀ ਤਾਂ ਅੱਜ ਦੀ ਗਾਇਕੀ ਇਹ ਤਾਂ ਮਾਰਾ ਜੀ ਰੌਲਾ ਪੂਰਾ ਹੀ ਪ੍ਰਦੂਸ਼ਣ ਹੈ, ਰੌਲਾ ਕੋਈ ਸਵਾਦ ਵਾਲੀ ਚੀਜ਼ ਹੈ ਹੀ ਨਹੀਂ। ਤੇ ਪੁਰਾਣੇ ਯਮਲਾ ਜੀ ਦੇ ਗੀਤ ਇੱਕ ਤੂੰਬੀ ਤੇ ਢੋਲਕ ਦੇ ਆ, ਸਤਿਗੁਰ ਨਾਨਕ ਜੀ ਦੀ ਲੈ ਆ ਰਹੀ ਆ। ਤੇ ਮੈਂ ਨਾ ਜੀ ਅੱਜ ਤੋਂ 50 ਸਾਲ ਪਹਿਲਾਂ ਦੇ ਗੀਤ ਆ ਉਹ ਅੱਜ ਵੀ ਕੰਨਾਂ ਵਿੱਚ ਰਸ ਰਹਿੰਦੀ ਦੁਨੀਆ ਤੱਕ ਚੱਲਣੇ ਆ ਚੱਲਣੇ ਆ ਜੀ ਹਨਾ। ਹਾਂਜੀ ਹਾਂਜੀ, ਇਹ ਸੰਗੀਤ ਹੈ ਜੀ ਅਸਲੀ। ਨਹੀਂ ਇਹ ਜਿਹੜਾ ਅੱਜ ਕੱਲ ਹੁਣ ਮਾਹੌਲ ਚੱਲ ਰਿਹਾ ਹੈ, ਹਾਂਜੀ ਹਾਂਜੀ, ਇਹ ਕਿਤੇ ਰੁਕੇਗਾ ਕਿ ਵਧੇਗਾ? ਇਹ ਤਾਂ ਸੰਗੀਤ ਦਾ ਇੱਥੇ ਅੰਤ ਹੋ ਗਿਆ ਜੀ, ਮੈਂ ਤਾਂ ਕਹਾਂਗਾ ਇੱਥੇ ਸੰਗੀਤ ਦਾ ਅੰਤ ਹੋ ਗਿਆ। ਜਿਹੜਾ ਸੰਗੀਤ ਪਹਿਲਾਂ ਵਾਲਾ ਸੀ ਨਾ ਜਿਹੜਾ ਅਮਰ ਸਾਡਾ ਪੰਜਾਬੀ ਜੋ ਸੱਭਿਆਚਾਰ ਸੀ, ਇਹ ਸਾਡਾ ਸੱਭਿਆਚਾਰ ਨਹੀਂ, ਇਹ ਸਾਡਾ ਸੰਗੀਤ ਨਹੀਂ ਆ, ਪਰ ਇਹ ਸਾਡਾ ਸੱਭਿਆਚਾਰ ਅਸਲੀ ਜਿਹੜਾ ਸਾਡਾ ਪੰਜਾਬ ਦਾ ਸੱਭਿਆਚਾਰ ਜਿਹੜਾ ਸਾਡਾ ਸੰਗੀਤ ਆ ਪੰਜਾਬ ਦਾ ਉਹ ਸੱਭਿਆਚਾਰ ਸਾਡਾ ਇਹ ਇਹਨਾਂ ਸਾਜ਼ਾਂ ਦੇ ਵਿੱਚ ਆ, ਇਹ ਸੰਗੀਤ ਦੇ ਵਿੱਚ ਆ ਸਾਡਾ। ਬਿਲਕੁਲ, ਜਿਹੜੇ ਆਪਣੇ ਇਹ ਸੰਗੀਤ ਸੀ, ਖਾਣੇ ਸੀ, ਪਹਿਰਾਵੇ ਸੀ, ਤੁਰਲੇ ਵਾਲੀਆਂ ਪੱਗਾਂ ਚਾਦਰੇ, ਉਹ ਸਾਰਾ ਆਪਣਾ ਪੁਰਾਤਨ ਮਾਹੌਲ। ਇਹ ਸੰਗੀਤ ਦੇ ਵਿੱਚ ਸਾਡੇ ਵਿੱਚ ਜਿਹੜਾ ਮਿਊਜ਼ਿਕ ਸੀਗਾ, ਮਿਊਜ਼ਿਕ ਸੀਗਾ ਸਾਡਾ ਜਾਂ ਗੀਤ ਸੀਗੇ ਜਿਹੜੇ ਸ਼ਿੰਗਾਰ ਦੇ ਵਿੱਚੋਂ ਸੀ, ਖਾਣ ਦੇ ਵਿੱਚੋਂ, ਪਹਿਨਣ ਦੇ ਵਿੱਚੋਂ, ਬੈਠਣ ਦੇ ਵਿੱਚੋਂ, ਖੁਸ਼ੀ ਦੇ ਮਾਹੌਲ ਦੇ ਵਿੱਚੋਂ, ਉਹ ਸਾਡਾ ਸੰਗੀਤ ਸੀ, ਉਹੀ ਸਾਡੇ ਗੀਤ ਸੀਗੇ। ਤੇ ਅੱਜ ਕੱਲ੍ਹ ਤਾਂ ਮੈਂ ਨਾ ਅੱਧ ਤੋਂ ਵੱਧ ਮੇਰੇ ਖਿਆਲ ਪੰਜਾਬੀ ਦੇ ਚੰਦ ਕੁ ਸ਼ਬਦ ਗੀਤ ਵਿੱਚ ਹੁੰਦੇ, ਬਾਕੀ ਸਾਰੀ ਇੰਗਲਿਸ਼ ਹੀ ਵਾੜੀ ਹੁੰਦੀ ਉਹਨਾਂ ਨੂੰ, ਅੱਜ ਦੇ ਸਮੇਂ 'ਚ ਹੀ ਕਹੀ ਜਾਂਦੇ ਸਾਡਾ ਸੰਗੀਤ ਇੰਗਲਿਸ਼ ਵੀ ਵਾੜੀ ਹੁੰਦੀ, ਇਹਦੇ ਵਿੱਚ ਗੱਲਾਂ ਵੀ ਕਰੀ ਜਾਂਦੇ, ਉਹ ਲੋਕ ਗੱਲਾਂ ਸੁਣਦੇ ਉਹਨਾਂ ਦੀ। ਬੂਟਾ ਜੀ ਪੁਰਾਣੇ ਸਮਿਆਂ ਵਿੱਚ ਕਿਸੇ ਨੇ ਕੋਈ ਹਿੰਦੀ ਦਾ ਸ਼ਬਦ ਵਰਤਣਾ ਨਾ ਇੱਕ ਸ਼ਬਦ ਵੀ ਵਿੱਚ ਆ ਜਾਣਾ, ਉਹਦੇ ਤੇ ਲੋਕ ਕਿੰਤੂ ਪ੍ਰੰਤੂ ਕਰਦੇ, ਪੰਜਾਬੀ ਦਾ ਸ਼ਬਦ ਛੱਡ ਕੇ ਵਿੱਚ ਹਿੰਦੀ ਜਾਂ ਇੰਗਲਿਸ਼ ਵਾੜੀ ਪਈ। ਤੇ ਅੱਜ ਕੱਲ੍ਹ ਪੰਜਾਬੀ ਉਹ ਕਹਿੰਦੇ ਅਸੀਂ ਪੰਜਾਬੀ ਸਾਡਾ ਗੀਤ ਹੈ ਸੰਗੀਤ ਹੈ, ਤੇ ਉਹਦੇ ਵਿੱਚ ਸਭ ਤੋਂ ਵੱਧ ਇੰਗਲਿਸ਼ ਵਾੜੀ ਹੁੰਦੀ ਹੈ, ਉਹਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ? ਬਿਲਕੁਲ, ਜਿਹਨੇ ਸਾਨੂੰ ਸਾਡੇ ਸੱਭਿਆਚਾਰ ਤੋਂ ਵੀ ਦੂਰ ਕਰਤਾ, ਸਾਡੀ ਬੋਲੀ ਤੋਂ ਵੀ ਦੂਰ ਕਰਤਾ। ਤੇ ਨੂਰ ਜੀ ਬੜਾ ਤੁਹਾਡੇ ਨਾਲ ਗੱਲਾਂ ਕਰਕੇ ਬੜਾ ਆਨੰਦ ਆ ਰਿਹਾ ਹੈ, ਤੇ ਆਪਾਂ ਟਾਈਮ ਦਾ ਵੀ ਥੋੜਾ ਜਿਹਾ ਖਿਆਲ ਰੱਖਣਾ ਹੈ, ਤੇ ਜਾਂਦੇ ਜਾਂਦੇ ਕੋਈ ਇੱਕ ਦਾ ਕੋਈ ਸਾਈ ਅੰਤਰਾ ਜ਼ਰੂਰ ਇੱਕ ਵਾਰੀ ਆਪਾਂ ਹਾਜ਼ਰ ਕਰੀਏ। ਇੱਕ ਮੇਰਾ ਗੀਤ ਆਇਆ ਸੀਗਾ ਆਨੰਦ ਕੰਪਨੀ ਚ, ਮੇਰੀ ਟੇਪ ਸੀ ਮੇਰਾ ਦਿਲ, ਉਹਦੇ ਵਿੱਚੋਂ ਮੈਂ ਤੁਹਾਨੂੰ ਸੁਣਾਉਣਾ, ਕਰਮਾਂ ਬਾਜੋ ਕਿਸੇ ਨੂੰ ਚੀਜ਼ ਨਸੀਬ ਨਹੀਂ ਹੁੰਦੀ। ਹਰ ਇੱਕ ਬੰਦਾ ਚਾਹੁੰਦਾ ਹੈ, ਉਹ
ਕਰਮਾ ਬਾਜੋ ਕਿਸੇ ਕਰਮਾ ਬਾਜੋ ਕਿਸੇ ਨੂੰ ਕੀ ਨਸੀਬ ਨਹੀਂ ਹੁੰਦੀ ਕਰਮਾ ਬਾਜੋ ਕਿਸੇ ਨੂੰ ਕੀ ਨਸੀਬ ਨਹੀਂ ਹੁੰਦੀ ਤੇ ਨੂਰ ਜੀ ਤੁਹਾਨੂੰ ਮਿਲ ਕੇ ਅੱਜ ਤੁਹਾਡੇ ਗੀਤ ਸੁਣ ਕੇ ਇੰਨਾ ਕੁ ਸਕੂਨ ਆ ਗਿਆ ਕਿ ਪੁੱਛੋ ਕੁਛ ਨਾ ਇੰਨਾ ਹੀ ਸਵਾਦ ਆਇਆ ਪ੍ਰਾਰਥਨਾ ਸਭਾ ਯਾਦ ਤੁਸੀਂ ਕਰਾ ਤਾ ਅੱਜ ਉਹ ਹੀਰ ਗਾਉਂਦੇ ਸੀ ਲੋਕ ਜਦੋਂ ਹਨਾ ਸੰਭਾਲ ਕੇ ਇਹੋ ਜਿਹੇ ਬੰਦਿਆਂ ਦੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, ਲਾਈਕ ਕਰਿਆ ਜੇ, ਕਮੈਂਟ ਕਰਿਆ ਜੇ, ਅਗਲੀ ਵਾਰੀ ਇਸੇ ਤਰ੍ਹਾਂ ਦੀ ਕਿਸੇ ਹੋਰ ਲੇਖਕ ਜਾਂ ਗਾਇਕ ਦੇ ਨਾਲ ਤੁਹਾਨੂੰ ਜਰੂਰ ਬੁਲਾਵਾਂਗੇ ਉਹਨਾਂ ਚਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।